ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਰਾਮਾ ਵਿੱਚ ਨਸ਼ਾ ਛੁਡਾਊ ਦਵਾਈਆਂ ਦੇ ਬਣੇ ਓਟੀ ਸੈਂਟਰ ਦੇ ਬੀਤੇ ਦਿਨ ਦੇਰ ਸ਼ਾਮ ਨੂੰ ਸ਼ਰਾਰਤੀ ਅਨਸਰਾਂ ਦੇ ਵੱਲੋਂ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਰਾਮਾ ਪੁਲਿਸ ਥਾਣੇ ਦੇ ਬਿਲਕੁਲ ਨਾਲ ਹੀ ਨਸ਼ਾ ਛੁਡਾਊ ਦਵਾਈਆਂ ਦਾ ਓਟੀ ਸੈਂਟਰ ਬਣਿਆ ਹੋਇਆ ਹੈ। ਕਲੀਨਿਕ ਦੇ ਫਾਰਮੇਸੀ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਓਟੀ ਸੈਂਟਰ ਦੇ ਕਮਰੇ ਦੇ ਜਿੰਦਰੇ ਤੋੜ ਕੇ ਸਮਾਨ ਦੀ ਭੰਨਤੋੜ ਕੀਤੀ ਗਈ, ਜਿਸ ਕਾਰਨ ਕੰਪਿਊਟਰ, LCD ਅਤੇ ਹੋਰ ਸਮਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਰੰਤੂ ਅਲਮਾਰੀ ਵਿੱਚ ਦਵਾਈਆਂ ਪਈਆਂ ਹੋਣ ਕਾਰਨ ਨਸ਼ਾ ਛੁਡਾਊ ਦਵਾਈਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਹਨਾਂ ਨੇ ਇਸ ਸੰਬੰਧੀ ਰਾਮਾ ਪੁਲਿਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਰਾਮਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਭੰਨਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰ, ਇਹਨਾਂ ਜਿੱਦਾਂ ਕੱਲ੍ਹ ਛੁੱਟੀ ਤੋਂ ਬਾਅਦ ਹੋਸਪਿਟਲ ਦੇ ਕੋਈ ਬਾਹਰੋਂ ਆਇਆ ਹੋਇਆ, ਪਹਿਲਾਂ ਉਸਨੇ ਬਾਹਰ ਦੀ ਦੇਖਿਆ ਤੋਂ ਸ਼ੀਸ਼ੇ ਵਗੈਰਾ ਭੰਨੇ, ਬਾਅਦ ਵਿੱਚ ਉੱਧਰੋਂ ਗੇਟ ਤੋਂ ਤਾਲਾ ਤੋੜ ਕੇ ਕੋਈ ਅੰਦਰ ਸ਼ਰਾਰਤੀ ਅਨਸਰ ਮਿਲਿਆ ਅਤੇ ਉਹਨੇ ਇੱਥੇ ਛੋਲਾ ਖੋਲੀ ਕੀਤੀ ਸਾਰੀ। ਕੋਈ ਮੈਡੀਸਨ ਦਾ ਨੁਕਸਾਨ ਹੁਣ ਤੋਂ ਤਾਂ ਬਚ ਗਿਆ, ਕਿਉਂਕਿ ਉਹ ਅਲਮੀਰਾ ਦੇ ਵਿੱਚ ਪਈ ਹੋਈ ਸੀ, ਜਾਂ ਤੁਹਾਨੂੰ ਪਤਾ ਨਹੀਂ ਸੀ, ਜਾਂ ਅਲਮਾਰੀ ਦੀ ਤੋੜ ਭੰਨ ਨਹੀਂ ਕੀਤੀ ਗਈ। ਇਹਦੀ ਕੋਈ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ? ਹਾਂਜੀ, ਪੁਲਿਸ ਨੇ ਇਨਫੋਰਮੇਸ਼ਨ ਉਹਦੀ ਕਰਤੀ ਸੀਗੀ, ਆਪਣੇ ਸਿਕਿਉਰਿਟੀ ਗਾਰਡ ਹੈਗਾ ਮੁੰਡਾ ਜੀ। ਓਕੇ, ਜਦੋਂ ਉਸਨੂੰ ਪਤਾ ਲੱਗਿਆ ਉਸਨੇ ਨਾਲ ਉਹ ਨਾਲ ਹੀ ਦੱਸਤੀ ਆਪਣੇ ਕੀ ਮੰਗ ਕਰਤੀ ਹੈ ਪੁਲਿਸ ਤੋਂ ਸੀ। ਹੁਣ ਇੱਕ ਵਾਰੀ ਉਹਨੇ ਇਨਫੋਰਮ ਕੀਤਾ ਹੋਇਆ ਜੀ, ਅੱਗੇ ਕਰ ਰਹੇ ਤਫਤੀਸ਼ ਜੀ, ਉਹ ਬਾਕੀ ਕੱਲ੍ਹ ਤੱਕ ਲੱਗ ਗਈ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, NC7 ਨਿਊਜ਼।